ਬਹੁਤ ਪ੍ਰਾਊਡ ਦੀ ਗੱਲ ਆ ਕਿਉਂਕਿ ਬਹੁਤ ਟਾਈਮ ਤੋਂ ਵੇਟ ਸੀਗੀ ਇਸ ਟਾਈਮ ਦੀ ਕਿ ਮੈਨੂੰ ਅਵਾਰਡ ਨਾਲ ਕਾਫੀ ਟਾਈਮ ਤੋਂ ਅਨਾਊਂਸ ਹੋ ਗਿਆ ਸੀਗਾ ਬਟ ਮਿਲਿਆ ਹੁਣ 9th July ਨੂੰ ਅਤੇ ਵਧੀਆ ਲੱਗ ਰਿਹਾ ਇਸ ਨਾਲ। ਮਹਾਰਾਜਾ ਰਣਜੀਤ ਸਿੰਘ ਅਵਾਰਡ ਹੈ, ਸਟੇਟ ਦੇ ਬੈਸਟ ਪਲੇਅਰ ਨੂੰ ਦਿੱਤਾ ਜਾਂਦਾ ਇਹ, ਲਾਈਫ ਟਾਈਮ ਅਵਾਰਡ ਹੁੰਦਾ, ਇੱਕ ਵਾਰੀ ਮਿਲਦਾ ਲਾਈਫ ਵਿੱਚ। ਬਹੁਤ ਵਧੀਆ ਮਹਿਸੂਸ ਕੀਤਾ ਜੀ, ਸਾਡੀ ਬੇਟੀ ਨੇ ਇੱਥੋਂ ਤੱਕ ਸਾਨੂੰ ਮਤਲਬ ਸਾਡਾ ਨਾਂ ਰੋਸ਼ਨ ਕੀਤਾ। ਇਹ ਤਾਂ ਵਿਸ਼ਵਾਸ ਦੀ ਗੱਲ, ਅਗਰ ਲੜਕੀਆਂ 'ਤੇ ਵਿਸ਼ਵਾਸ ਕਰਕੇ ਤੁਸੀਂ ਉਹਨਾਂ ਨੂੰ ਅੱਗੇ ਵਧਾਓਗੇ ਤਾਂ ਕਦੀ ਕੋਈ ਪ੍ਰੋਬਲਮ ਨਹੀਂ ਆਏਗੀ, ਕਿਉਂਕਿ ਉਹਨਾਂ ਨੂੰ ਸਪੋਰਟ ਦੀ ਲੋੜ, ਅਗਰ ਸਪੋਰਟ ਦਿੱਤੀ ਜਾਏਗੀ ਤਾਂ ਫਿਰ ਕੁੜੀਆਂ ਪਿੱਛੇ ਨਹੀਂ ਹਟਣਗੀਆਂ। ਬੇਟੇ ਦੇ ਤੌਰ 'ਤੇ ਬੱਚਿਆਂ ਨੂੰ ਪਾਲਿਆ, ਅਸੀਂ ਬੱਚਿਆਂ ਇਹਨਾਂ ਨੂੰ ਸਮਝਿਆ ਹੀ ਨਹੀਂ ਗਾ ਵੀ ਬੇਟੇ ਦਾ ਸਮਝਿਆ ਵੀ ਬੇਟਾ ਇਹ ਸਾਡਾ ਖੇਡਣ ਜਾ ਕੇ ਮਤਲਬ ਸਾਡਾ ਨਾਂ ਰੋਸ਼ਨ ਕਰਦਾ ਵਾ, ਹਰ ਥਾਂ ਹੀ ਬਹੁਤ ਵਧੀਆ ਸਾਡਾ ਮਤਲਬ ਕਿ ਨਾਮ ਦੇ ਨਾਲ ਜਿੱਤ ਪ੍ਰਾਪਤੀ ਕਰਕੇ ਲਿਆਉਂਦਾ। ਹੁਣ ਮਹਿਲਾਵਾਂ ਕਿਸੇ ਨਾਲੋਂ ਘੱਟ ਨਹੀਂ ਹਨ, ਇਸ ਨੂੰ ਸੱਚ ਕਰ ਦਿਖਾਇਆ ਗੁਰਦਾਸਪੁਰ ਦੀ ਸੋਮੀਪ੍ਰੀਤ ਕੌਰ ਨੇ, ਜਿਸਨੇ ਪਿੰਡ ਵਿੱਚ ਰਹਿ ਕੇ ਆਪਣੀ ਖੇਡ ਦੇ ਜ਼ਰੀਏ ਉਹ ਮੁਕਾਮ ਹਾਸਲ ਕੀਤਾ ਹੈ ਜੋ ਇੱਕ ਖਿਡਾਰੀ ਦਾ ਸੁਪਨਾ ਹੁੰਦਾ ਹੈ। ਸੋਮੀਪ੍ਰੀਤ ਵੱਲੋਂ ਤਲਵਾਰਬਾਜ਼ੀ ਵਿੱਚ ਆਪਣੀਆਂ ਸੇਵਾਵਾਂ ਦੇਣ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਸਨਮਾਨਿਆ ਗਿਆ। ਉੱਧਰ ਇਸ ਮੌਕੇ 'ਤੇ ਸੋਮੀਪ੍ਰੀਤ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਉਹਨੇ ਆਪਣੀ ਇਸ ਕਾਮਯਾਬੀ ਦੇ ਪਿੱਛੇ ਕੜੀ ਮਿਹਨਤ ਅਤੇ ਪਰਿਵਾਰ ਨੂੰ ਦੱਸਿਆ। ਮੈਂ ਸਰ ਇੱਥੇ ਬਾਬਾ ਬੰਦਾ ਸਿੰਘ ਸਕੂਲ ਆ ਨਾ ਆਪਣਾ ਦੁਦੀਪੁਰ 'ਤੇ, ਉੱਥੇ ਮੈਂ ਪੜ੍ਹਦੀ ਹੁੰਦੀ ਸੀਗੀ। ਸਕੂਲ ਤੋਂ ਮੈਂ ਸਟਾਰਟ ਕੀਤੀ ਸੀਗੀ ਫੈਂਸਿੰਗ, ਉਸ ਤੋਂ ਬਾਅਦ 10th ਤੋਂ ਫਿਰ ਮੈਂ ਪਟਿਆਲੇ ਸ਼ਿਫਟ ਹੋ ਗਈ, ਫਿਰ ਮੈਂ ਉੱਥੇ NES ਤੋਂ ਟ੍ਰੇਨਿੰਗ ਲੈ ਕੇ ਉਦੋਂ ਦੀ ਉੱਥੇ ਖੇਡ ਰਹੀ ਸੀਗੀ। ਹੁਣ ਮੈਂ 2014 ਤੋਂ ਜੋਬ ਕਰ ਰਹੀ ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਐਜ਼ ਆ ਫੈਂਸਿੰਗ ਕੋਚ। ਕੀ ਹੁਣ ਤੱਕ ਦੀਆਂ ਪ੍ਰਾਪਤੀਆਂ ਰਹੀਆਂ? ਮੈਂ 2008 ਤੋਂ ਸਟਾਰਟ ਕੀਤਾ ਸੀਗਾ, 2010 ਵਿੱਚ ਮੇਰੀ ਫਸਟ ਇੰਟਰਨੈਸ਼ਨਲ ਸੀਗੀ ਜਿਹੜੀ ਮੈਂ ਕੋਰੀਆ ਖੇਲੀ ਸੀਗੀ। ਏਸ਼ੀਅਨ ਚੈਂਪੀਅਨਸ਼ਿਪ ਸੀਗੀ ਜੂਨੀਅਰ, ਉਸ ਤੋਂ ਬਾਅਦ ਵਿੱਚ ਏਸ਼ੀਅਨ ਗੇਮਸ, ਵਰਲਡ ਚੈਂਪੀਅਨਸ਼ਿਪ, ਯੂਨੀਵਰਸਿਟੀ ਗੇਮਸ, ਇਹ ਸਾਰੀਆਂ ਹੁਣ ਤੱਕ ਖੇਲੀਆਂ ਹੋਈਆਂ ਨੇ। ਅੱਛਾ, ਬਹੁਤ ਪ੍ਰਾਊਡ ਦੀ ਗੱਲ ਆ ਕਿਉਂਕਿ ਬਹੁਤ ਟਾਈਮ ਤੋਂ ਵੇਟ ਸੀਗੀ ਇਸ ਟਾਈਮ ਦੀ ਕਿ ਮੈਨੂੰ ਅਵਾਰਡ ਨਾਲ ਕਾਫੀ ਟਾਈਮ ਤੋਂ ਅਨਾਊਂਸ ਹੋ ਗਿਆ ਸੀਗਾ ਬਟ ਮਿਲਿਆ ਹੁਣ 9th July ਨੂੰ ਅਤੇ ਵਧੀਆ ਲੱਗ ਰਿਹਾ ਇਸ ਨਾਲ। ਮਹਾਰਾਜਾ ਰਣਜੀਤ ਸਿੰਘ ਅਵਾਰਡ ਹੈ, ਸਟੇਟ ਦੇ ਬੈਸਟ ਪਲੇਅਰ ਨੂੰ ਦਿੱਤਾ ਜਾਂਦਾ ਇਹ, ਲਾਈਫ ਟਾਈਮ ਅਵਾਰਡ ਹੁੰਦਾ, ਇੱਕ ਵਾਰੀ ਮਿਲਦਾ ਲਾਈਫ ਵਿੱਚ। ਤੁਹਾਡੇ ਮਾਂ ਪਿਓ ਨੇ ਤੁਹਾਡਾ ਪੂਰਾ ਸਾਥ? ਹਾਂਜੀ, ਮੇਰੇ ਪੇਰੈਂਟਸ ਨੇ ਮੇਰੇ ਪੂਰਾ ਸਾਥ ਦਿੱਤਾ, ਮੇਰੇ ਪਾਪਾ, ਮੇਰੇ ਚਾਚਾ ਜੀ ਹਮੇਸ਼ਾ ਮੇਰੇ ਨਾਲ ਰਹੇ ਨੇ ਅੱਜ ਤੱਕ। ਸਪੋਰਟਸ ਵਿੱਚ ਲੈ ਕੇ ਆਊਂਗੀ, ਬਹੁਤ ਫਾਇਦਾ ਹੈ, ਜੇ ਤਾਂ ਇਸ ਬਾਰੇ ਨੌਲੇਜ ਹੋਏ ਤਾਂ ਬਹੁਤ ਫਾਇਦਾ ਹੈ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਇੰਨੀਆਂ ਡਿਗਰੀਆਂ ਲੈ ਕੇ ਬੱਚੇ ਵਿਹਲੇ ਫਿਰ ਰਹੇ ਨੇ, ਪਰ ਸਪੋਰਟਸ ਦੇ ਨਾਲ ਇਹ ਆ ਕਿ ਅਗਰ ਅਸੀਂ ਖੇਲ ਰਹੇ ਹਾਂ ਤਾਂ ਸਾਨੂੰ ਜੋਬ ਦੇ ਪੱਕਾ ਕਨਫਰਮ ਆ ਕਿ ਜੋਬ ਤਾਂ ਹੈ ਹੀ ਆ। ਬਾਹਰ ਭੱਜਣ ਨਾਲੋਂ ਸਪੋਰਟਸ ਕਰਨੀ ਬੈਸਟ, ਬਿਲਕੁਲ ਹਰ ਸਾਲ ਮਿਲਣੇ ਚਾਹੀਦੇ ਕਿਉਂਕਿ ਬੱਚਿਆਂ ਨੂੰ ਪਿੱਛੋਂ ਉਹਨਾਂ ਨੂੰ ਹੋਏਗਾ ਕਿ ਹਾਂ ਸਾਨੂੰ ਕੁਛ ਮਿਲ ਰਿਹਾ, ਉਹ ਤਾਂ ਹੀ ਅੱਗੇ ਵਧਣ ਦੀ ਕੋਸ਼ਿਸ਼ ਕਰਨਗੇ, ਅਦਰਵਾਈਜ਼ ਤਾਂ ਫਿਰ ਅਗਰ ਇੰਨਾ ਪੈਂਡਿੰਗ ਰੱਖ ਕੇ ਕਰਨਗੇ ਤਾਂ ਇੰਨੀ ਵੇਟ ਕੌਣ ਕਰੇਗਾ। ਇਹ ਤਾਂ ਵਿਸ਼ਵਾਸ ਦੀ ਗੱਲ, ਅਗਰ ਲੜਕੀਆਂ 'ਤੇ ਵਿਸ਼ਵਾਸ ਕਰਕੇ ਤੁਸੀਂ ਉਹਨਾਂ ਨੂੰ ਅੱਗੇ ਵਧਾਓਗੇ ਤਾਂ ਕਦੀ ਕੋਈ ਪ੍ਰੋਬਲਮ ਨਹੀਂ ਆਏਗੀ, ਕਿਉਂਕਿ ਉਹਨਾਂ ਨੂੰ ਸਪੋਰਟ ਦੀ ਲੋੜ, ਅਗਰ ਸਪੋਰਟ ਦਿੱਤੀ ਜਾਏਗੀ ਤਾਂ ਫਿਰ ਕੁੜੀਆਂ ਪਿੱਛੇ ਨਹੀਂ ਹਟਣਗੀਆਂ। ਬੜਾ ਵਧੀਆ ਸੀਗਾ ਸਰ, ਉੱਥੇ ਆਪਣਾ CM ਦੇ ਥਰੂ ਸਾਨੂੰ ਮਿਲਿਆ ਇਹ ਆਪਣਾ ਅਵਾਰਡ ਅਤੇ ਵਧੀਆ ਲੱਗਿਆ ਸੀਗਾ। ਪਾਪਾ ਨੂੰ, ਚਾਚਾ ਜੀ ਉਹਨਾਂ ਨੂੰ ਸਾਰਿਆਂ ਨੂੰ ਇੰਨਾ ਦਿਲ ਸੀਗਾ ਕਿ ਮੈਂ ਸਾਰਿਆਂ ਨੂੰ ਲੈ ਕੇ ਜਾਵਾਂ ਉੱਥੇ, ਪਰ ਕੁਛ ਕਾਰਨ ਕਰਕੇ ਫਿਰ ਮੈਂ ਲੈ ਕੇ ਵੀ ਨਹੀਂ ਜਾ ਸਕੀ ਇਹਨਾਂ ਨੂੰ ਉੱਥੇ। ਬੜਾ ਵਧੀਆ ਲੱਗਿਆ ਸਰ। ਮੈਂ ਸਰ ਪਹਿਲਾਂ ਕਹਿ ਚੁੱਕੀ ਹਾਂ ਕਿਉਂਕਿ ਹੁਣ ਡਿਗਰੀਆਂ ਲੈ ਕੇ ਅਗਰ ਬੱਚੇ ਵਿਹਲੇ ਰਹਿਣਗੇ ਤਾਂ ਉਹਦੇ ਫਿਰ ਬਾਹਰ ਨੂੰ ਭੱਜਣਗੇ ਕਿਉਂਕਿ ਉਹਨਾਂ ਨੂੰ ਸਹੀ ਨੌਲੇਜ ਨਹੀਂ ਹੈਗੀ। ਅਗਰ ਬੱਚੇ ਨੂੰ ਸਪੋਰਟਸ ਦੀ ਥੋੜ੍ਹੀ ਬਹੁਤੀ ਨੌਲੇਜ ਹੋਏਗੀ ਤਾਂ ਉਹਨਾਂ ਨੂੰ ਬਾਹਰ ਜਾਣ ਦੀ ਕਦੀ ਵੀ ਲੋੜ ਨਹੀਂ ਪਏਗੀ। ਬਹੁਤ ਵਧੀਆ ਮਹਿਸੂਸ ਕੀਤਾ ਜੀ, ਸਾਡੀ ਬੇਟੀ ਨੇ ਇੱਥੋਂ ਤੱਕ ਸਾਨੂੰ ਮਤਲਬ ਸਾਡਾ ਨਾਂ ਰੋਸ਼ਨ ਕੀਤਾ ਬੱਚੀ ਨੇ, ਅਤੇ ਇਹਨਾਂ ਨੂੰ ਬੇਟੇ ਦੇ ਤੌਰ 'ਤੇ ਬੱਚਿਆਂ ਨੂੰ ਪਾਲਿਆ, ਅਸੀਂ ਬੱਚਿਆਂ ਇਹਨਾਂ ਨੂੰ ਸਮਝਿਆ ਹੀ ਨਹੀਂ ਗਾ ਵੀ ਬੇਟੇ ਦਾ ਸਮਝਿਆ ਵੀ ਬੇਟਾ ਇਹ ਸਾਡਾ ਖੇਡਣ ਜਾ ਕੇ ਮਤਲਬ ਸਾਡਾ ਨਾਂ ਰੋਸ਼ਨ ਕਰਦਾ ਵਾ, ਹਰ ਥਾਂ ਹੀ ਬਹੁਤ ਵਧੀਆ ਸਾਡਾ ਮਤਲਬ ਕਿ ਨਾਮ ਦੇ ਨਾਲ ਜਿੱਤ ਪ੍ਰਾਪਤੀ ਕਰਕੇ ਲਿਆਉਂਦਾ। ਵੇਖੋ ਜੀ, ਇਹ ਤਾਂ ਉਹਨਾਂ ਦੀ ਬਹੁਤ ਵੱਡੀ ਗਲਤੀ ਆ ਜਿਹੜਾ ਬੇਟੀ ਨੂੰ ਘੱਟ ਸਮਝਦੇ ਆ। ਮੈਂ ਤਾਂ ਬੇਟੀ ਦੇ ਨਾਂ 'ਤੇ ਵੇਖ ਕੇ ਇਹਨਾਂ ਨੂੰ ਮੇਰਾ ਹੋਇਆ ਵਾ, ਇੱਕ ਬੇਟੀ ਇੱਥੇ ਤੱਕ ਪਹੁੰਚੀ ਆ, ਇਹਦੀ ਸਪੋਰਟ ਹੋਈ ਆ ਅਤੇ ਪਹੁੰਚੀ ਆ, ਅਤੇ ਜੇ ਇਹਨਾਂ ਦੀ ਸਪੋਰਟ ਨਾ ਕਰਾਂਗੇ ਤਾਂ ਇਹ ਫਿਰ ਕੁਝ ਵੀ ਨਹੀਂ ਕਰ ਸਕਣਗੇ। ਕਿੰਨਾ ਕੁ ਫਖਰ ਮਹਿਸੂਸ ਹੋ ਰਿਹਾ ਆਪਣੇ? ਐਸੇ ਵਿੱਚ ਬਹੁਤ ਜ਼ਿਆਦਾ ਫਖਰ ਮਹਿਸੂਸ ਹੋ ਰਿਹਾ, ਇਕੱਲਾ ਮੈਨੂੰ ਨਹੀਂ ਸਾਰੇ ਪਿੰਡ ਨੂੰ, ਅਤੇ ਜ਼ਿਆਦਾ ਮਿਹਨਤ ਚੇਤਨਾ ਇਹਦੇ ਚਾਚੇ ਨੇ ਕੀਤੀ ਆ। ਅਸੀਂ ਅੱਜ ਸਾਡੇ ਨਗਰ ਵੱਲੋਂ ਸਮੁੱਚੀ ਪੰਚਾਇਤ, ਗ੍ਰਾਮ ਪੰਚਾਇਤ ਸਤਕੋਆ ਅਤੇ ਸਾਰੇ ਨਗਰ ਨਿਵਾਸੀ ਅੱਜ ਬਹੁਤ ਮਾਣ ਮਹਿਸੂਸ ਕਰ ਰਹੇ ਆ ਕਿ ਸੁਖਵਿੰਦਰ ਸਿੰਘ ਚਾਹਲ ਦੀ ਬੇਟੀ ਸ਼ਮੀਪ੍ਰੀਤ
ਜਿਹੜੀ ਬਚਪਨ ਤੋਂ ਹੀ ਸਪੋਰਟਸ ਨਾਲ ਬਹੁਤ ਤਲਕ ਰੱਖਣ ਵਾਲੀ ਲੜਕੀ ਸੀ। ਅਸੀਂ ਵੀ ਨਗਰ ਨਿਵਾਸੀ ਸ਼ੁਰੂ ਤੋਂ ਉਹਦੀ ਇਸ ਐਕਟੀਵਿਟੀ ਦੇ ਬੜੇ ਖੁਸ਼ ਸੀਗੇ ਔਰ ਅੱਜ ਦੇ ਦਿਨ ਦੀ ਆਸ ਕਰੀ ਬੈਠੇ ਸੀ ਵੀ ਇਹ ਸਾਡੇ ਨਗਰ ਦੀ ਧੀ ਜਦੋਂ ਪੰਜਾਬ ਲੈਵਲ 'ਤੇ ਅਵਾਰਡ ਹਾਸਲ ਕਰੇ ਅਤੇ ਸਾਡੇ ਨਗਰ ਦਾ ਵੀ ਨਾਂ ਉੱਚਾ ਹੋਵੇ। ਜਿੱਥੇ ਅੱਜ ਉਹਨੇ ਸਾਡੇ ਸੁਪਨਿਆਂ ਨੂੰ ਸੰਪੂਰਨ ਕੀਤਾ ਅਤੇ ਅੱਜ ਉਹਨੇ ਆਪਣੀ ਬੜੀ ਸਖਤ ਮਿਹਨਤ ਤੋਂ ਬਾਅਦ ਸਪੋਰਟਸ ਦੇ ਵਿੱਚ ਉੱਚੀਆਂ ਬੁਲੰਦੀਆਂ 'ਤੇ ਜਾ ਕੇ ਜਿੱਥੇ ਉਹ ਇਸ ਵੇਲੇ ਜੋਬ ਵੀ ਕਰ ਰਹੀ ਆ, ਇਸੇ ਗੇਮ ਨਾਲ ਰਿਲੇਟਡ ਉਹ ਕੋਚ ਇਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ। ਅਸੀਂ ਸਾਰਾ ਅੱਜ ਸਮੁੱਚੀ ਗ੍ਰਾਮ ਪੰਚਾਇਤ ਸਤਕੋਆ ਅਤੇ ਨਗਰ ਨਿਵਾਸੀ ਅੱਜ ਇਸ ਗੱਲ 'ਤੇ ਬਹੁਤ ਫਖਰ ਅਤੇ ਖੁਸ਼ੀ ਮਹਿਸੂਸ ਕਰ ਰਹੇ ਹਾਂ। ਗੁਰਦਾਸਪੁਰ ਤੋਂ ਜਸਵਿੰਦਰ ਬੇਦੀ ਦੀ ਰਿਪੋਰਟ।